ਸਟੈਕਟਰ ਗਵਰਨਮੈਂਟ ਆਈਟੀ ਫਾਜ਼ਿਲਕਾ ਆਪਾਂ ਅੱਜ ਗੱਲ ਕਰਾਂਗੇ 43ਵੇਂ ਹਫਤੇ ਦੇ ਵਿੱਚ ਕਾਸਟ ਆਇਰਨ ਪਾਈਪਾਂ ਦੇ ਲੈਡ ਜੁਆਇੰਟ ਬਾਰੇ। ਠੀਕ ਹੈ ਜੀ, ਸਭ ਤੋਂ ਪਹਿਲਾਂ ਕੀ ਹੈ, ਟੂਲਸ ਕੀ ਚਾਹੀਦੇ। ਟੂਲ ਆਪਾਂ ਨੂੰ ਚਾਹੀਦੇ ਹੈ ਹੈਮਰ, ਸਕਰੂ ਡਰਾਈਵਰ, ਛੇਣੀ ਤੇ ਕਾਲਕਿੰਗ ਟੂਲ, ਤੇ ਨਾਲੇ ਸਮਾਨ ਦੇ ਵਿੱਚ ਆਪਾਂ ਨੂੰ ਚਾਹੀਦੀ ਹੈ ਜੂਟ ਦੀ ਰੱਸੀ। ਇਹ ਜਿਹੜੀਆਂ ਕਾਸਟ ਆਇਰਨ ਪਾਈਪਾਂ ਹੈ ਇਹ ਪਹਿਲਾਂ ਹੀ ਅਸੀਂ ਕੱਟੀਆਂ ਹੋਈਆਂ ਹੈ। ਠੀਕ ਹੈ, ਇਹ ਕੱਟਣ ਦੇ ਲਈ ਅਸੀਂ ਕੱਟਰ ਦੀ ਮਦਦ ਦੇ ਨਾਲ ਇਹ ਪਾਈਪਾਂ ਨੂੰ ਅਸੀਂ ਕੱਟੀਆਂ। ਇਹਦੇ ਵਿੱਚ ਕੀ ਹੈ, ਇੱਕ ਸੋਕਟ ਸਿਰਾ ਹੈ, ਇਹ ਉੱਪਰਲਾ ਜਿਹੜਾ ਸਿਰਾ ਹੈ ਇਹ ਸੋਕਟ ਸਿਰਾ ਹੈ, ਅਤੇ ਦੂਜਾ ਜਿਹੜਾ ਹੁੰਦਾ ਉਹ ਸਪਾਈਗੋਟ ਸਿਰਾ ਹੁੰਦਾ ਹੈ। ਸੋਕਟ ਦੇ ਵਿੱਚ ਕੀ ਹੈ, ਸਪਾਈਗੋਟ ਸਿਰੇ ਨੂੰ ਫਿੱਟ ਕੀਤਾ ਜਾਂਦਾ ਹੈ, ਜਿਹਦੇ ਐਵੇਂ ਫਿੱਟ ਕਰਨ ਤੋਂ ਬਾਅਦ ਆਹ ਜਿਹੜੀ ਜੂਟ ਦੀ ਰੱਸੀ ਹੈ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਫਿੱਟ ਕੀਤੀ ਜਾਂਦੀ ਹੈ। ਕਿਉਂਕਿ ਇਹਦੇ ਨਾਲ ਜਦੋਂ ਲਿੱਡ ਆਪਾਂ ਭਰਦੇ ਹਾਂ, ਤਾਂ ਕਿ ਲਿੱਡ ਆਪਣਾ ਥੱਲੇ ਨਾ ਜਾਵੇ। ਆਹ ਦੇਖੋ, ਇਸ ਦੀ ਮਦਦ ਨਾਲ ਆਪਾਂ ਇਹਨੂੰ ਭਰਤਾ। ਥੱਲੋਂ ਵੀ ਫੜ। ਠੀਕ ਹੈ ਜੀ, ਇਸ ਤੋਂ ਬਾਅਦ ਆ ਹੈ ਮੈਲਟਿੰਗ ਪੋਰਟ, ਜਿਹਦੇ ਵਿੱਚ ਅਸੀਂ ਲੈਡ ਪਿੰਗਲਾਇਆ ਹੈ। ਇਹ ਲੈਡ ਹੈ, ਇਹ ਲੇਡਲ ਹੈ, ਇਹਦੀ ਮਦਦ ਨਾਲ ਉਹਦੇ ਵਿੱਚ ਲੈਡ ਭਰਾਂਗੇ। ਠੀਕ ਹੈ, ਸਾਨੂੰ ਪੋਰਟੇਬਲ ਫੋਰਜ ਬਲੋਅਰ ਦੀ ਮਦਦ ਨਾਲ, ਜੇ ਇਹਦੇ ਲਈ ਕੋਇਲੇ ਜਾਂ ਲੱਕੜੀ ਦੇ ਪ੍ਰਯੋਗ ਕਰਕੇ ਆਪਾਂ ਇਸ ਲੈਡ ਨੂੰ ਪਿੰਗਲਾ ਸਕਦੇ ਹਾਂ। ਅਤੇ ਪਿੰਗਲਾਉਣ ਤੋਂ ਬਾਅਦ ਆਪਾਂ ਇਸ ਲੈਡ ਨੂੰ ਇਹਨਾਂ ਪਾਈਪਾਂ ਦੇ ਜੋੜ ਦੇ ਵਿੱਚ ਭਰਨਾ ਹੈ। ਠੀਕ ਹੈ, ਇਹਨੂੰ ਇਹਦੇ ਵਿੱਚ ਹੌਲੀ ਹੌਲੀ ਭਰ ਦਿਆਂਗੇ। ਆਹ ਦੇਖੋ, ਇਹ ਲੈਡ ਵਿੱਚ ਭਰਿਆ ਗਿਆ ਦੂਜੀ ਵੱਡੀ। ਇਸ ਤੋਂ ਬਾਅਦ ਜਾਂ ਕਾਲਕਿੰਗ ਟੂਲ ਜੇ ਨਾ ਹੋਵੇ ਤਾਂ ਛੇਣੀ ਦੀ ਮਦਦ ਨਾਲ ਇਹਨੂੰ ਇੱਕ ਵਾਰੀ ਚਾਰੋਂ ਪਾਸੇ ਨੱਪ ਦਿਆਂਗੇ, ਦਬਾ ਦਿਆਂਗੇ ਤਾਂ ਕਿ ਆਪਣਾ ਜੋੜ ਲੀਕ ਨਾ ਹੋਵੇ। ਇਹ ਆਪਣਾ ਕੀ ਹੈ, ਵਰਟੀਕਲ ਲੈਡ, ਵਰਟੀਕਲ ਪਾਈਪਾਂ ਨੂੰ ਲੈਡ ਜੁਆਇੰਟ ਲਾਇਆ ਹੈ। ਇਹਦੇ ਵਿੱਚ ਲੈਡ ਆਪਾਂ ਭਰਤਾ, ਅਤੇ ਹੁਣ ਇਹਨੂੰ ਲੀਕੇਜ ਚੈੱਕ ਕਰਨੀ ਹੋਵੇ, ਵੀ ਆਪਣਾ ਜੁਆਇੰਟ ਸਹੀ ਲੱਗਿਆ ਕਿ ਨਹੀਂ ਲੱਗਿਆ, ਅਤੇ ਆਪਾਂ ਕੀ ਹੈ ਪਾਣੀ ਦੀ ਮਦਦ ਨਾਲ ਪਾਈਪ ਨੂੰ ਭਰ ਕੇ ਅਤੇ ਪੂਰੀ ਤਰ੍ਹਾਂ ਇਹਦੀ ਲੀਕੇਜ ਚੈੱਕ ਕਰ ਸਕਦੇ ਹਾਂ। ਅੱਛਾ, ਚੈੱਕ ਸਾਰੇ ਜੋੜਾਂ ਨੂੰ ਆਪਾਂ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਵੀ ਜਦੋਂ ਫਿਟਿੰਗ ਹੋ ਜੇ ਉਸ ਤੋਂ ਬਾਅਦ ਜੁਆਇੰਟ ਲੀਕ ਹੋਵੇ ਦੂਜੀ ਵਾਰੀ ਆਪਾਂ ਨੂੰ ਪੱਟਣੀ ਪਵੇ ਪਾਈਪਾਂ। ਠੀਕ ਹੈ, ਆ ਵੇਖੋ ਇਹਦੇ ਨਾਲ ਆਪਾਂ ਚੈੱਕ ਕਰ ਲਿਆ ਇਹਦੇ ਵਿੱਚੋਂ ਜਮ੍ਹਾਂ ਲੀਕੇਜ ਕਰ ਦਿੱਤੀ, ਜਮ੍ਹਾਂ ਲੀਕੇਜ ਨਹੀਂ ਹੋ ਰਹੀ। ਇਸ ਪ੍ਰਕਾਰ ਆਪਾਂ ਕੀ ਹੈ ਲੈਡ ਪਾਈਪਾਂ, ਲੈਡ ਨਾਲ ਕੀ ਹੈ ਕਾਸਟ ਆਇਰਨ ਦੀਆਂ ਪਾਈਪਾਂ ਨੂੰ ਜੁਆਇੰਟ ਲਾਉਂਦੇ ਹਾਂ। ਥੈਂਕ ਯੂ।